ਦੋਸਤੋ ਅਸੀਂ ਅਕਸਰ ਸੋਸ਼ਲ ਮੀਡੀਆ ਇੰਸਟਾਗ੍ਰਾਮ ਵਟਸਐਪ ਤੇ ਅਸੀਂ ਦੇਖਦੇ ਹਾਂ ਜਦੋਂ ਲੜਕੀਆਂ ਕੋਈ ਰੇਸ ਕਰਦੀਆਂ ਜਾਂ ਲੜਕੀਆਂ ਕਿਸੇ ਮੱਤੇ ਆਉਨੀਆਂ ਤੇ ਅਸੀਂ ਲੋਕ ਸਾਰੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਅੱਜ ਲੜਕੀਆਂ ਸਮਾਜ ਦੇ ਵਿੱਚ ਬਹੁਤ ਵੱਡਾ ਕੰਮ ਕਰ ਰਹੀਆਂ ਕੋਈ ਸਮਾਜ ਇਹ ਸਜਦੋਂ ਲੜਕੀਆਂ ਨੂੰ ਬਹੁਤ ਪਿੱਛੇ ਸਮਝਿਆ ਜਾਂਦਾ ਬਜ਼ੁਰਗਾਂ ਨੂੰ ਪਰਿਵਾਰਾਂ ਦੇ ਵਿੱਚ ਲੜਕੀਆਂ ਨੂੰ ਕਿਤੇ ਕੰਮ ਕਰਨ ਤੋਂ ਮਨਾ ਕੀਤਾ ਜਾਂਦਾ ਸ ਤਾਂ ਕਿ ਜਿਹੜਾ ਉਹ ਕੰਮ ਦੇ ਵਿੱਚ ਲੜਕੀਆਂ ਇਸ ਕੰਮ ਨਹੀਂ ਕਰ ਸਕਦੀਆਂ ਸੋ ਅੱਜ ਦੇ ਸਮੇਂ ਤੇ ਮੌਜੂਦਾ ਹਾਲਾਤਾਂ ਚ ਲੜਕੀਆਂ ਚੰਦ ਤੱਕ ਪਹੁੰਚ ਗਈਆਂ ਔਰ ਲੜਕੀਆਂ ਹਰ ਕੰਮ ਕਰਦੀਆਂ ਜੋ ਮਰਦ ਕਰ ਸਕਦੇ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਹੁਸ਼ਿਆ ਡਾ ਗਜੂਤ ਪ੍ਰਵਜੋਤ ਕੋਰ ਜਿਨ੍ਹਾਂ ਨੂੰ ਪਿਛਲੇ ਦਿਨੀ ਮਧ ਪ੍ਰਦੇਸ਼ ਸਰਕਾਰ ਗਵਰਨਮੈਂਟ ਆਫ ਮਧ ਪ੍ਰਦੇਸ਼ ਵੱਲੋਂ ਉਹਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਐਪਰੀਸ਼ੀਏਸ਼ਨ ਕੀਤਾ ਤੇ ਉਸ ਤੋਂ ਬਾਅਦ ਡੀਜੀਪੀ ਮਧ ਪ੍ਰਦੇਸ਼ ਨੇ ਉਹਨਾਂ ਨੂੰ ਮੈਡਲ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਨਾਲ ਦੀ ਨਾਲ ਪੰਜਾਬ ਪਹੁੰਚਣ ਤੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਉਹਨਾਂ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਉਹਨਾਂ ਨੇ ਅਪਰੀਸ਼ੀਏਟ ਕੀਤਾ ਨਾਲ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤਾ ਡਿਪਾਰਟਮੈਂਟ ਵੱਲੋਂ ਸੋ ਇਸ ਸਾਰੇ ਸਵਾਲਾਂਤ ਨੂੰ ਲੈ ਕੇ ਮੈਡਮ ਪ੍ਰਵਜੋਤ ਦੇ ਨਾਲ ਗੱਲ ਕਰਾਂਗੇ ਵੀ ਉਹਨਾਂ ਨੂੰ ਮੈਡਲ ਕਿਵੇਂ ਦਿੱਤਾ ਕੀ ਕਾਰਗੁਜ਼ਾਰੀ ਕੀਤੀ ਜੋ ਕਿ ਉਹਨਾਂ ਨੂੰ ਪੰਜਾਬ ਤੋਂ ਬਾਹਰ ਦੂਸਰੀ ਸਟੇਟ ਵਿੱਚ ਉਹਨਾਂ ਨੂੰ ਸਰਕਾਰ ਵੱਲੋਂ ਸਨਮਾਨਤ ਸੋ ਮੈਡਮ ਪ੍ਰਵਜੋਤ ਕੋਰ ਜੀ ਤੁਹਾਡਾ ਸਵਾਗਤ ਤੁਸੀਂ ਆ ਪਿਛਲੇ ਦਿਨੀ ਮਧ ਪ੍ਰਦੇਸ਼ ਗਵਰਨਰ ਮੁਹੰਮਦ ਪ੍ਰਦੇਸ਼ ਵੱਲੋਂ ਤੁਹਾਨੂੰ ਮੈਡਲ ਦੇ ਕੇ ਸਨਮਾਨ ਤੁਸੀਂ ਪੁਲਿਸ ਡਿਪਾਰਟਮੈਂਟ ਵਿੱਚ ਰਹਿੰਦੇ ਹੋ ਕਿਹੜਾ ਇਹੋ ਜਿਹੀ ਕਾਰਗੁਜ਼ਾਰੀ ਕੀਤੀ ਹੈ ਜਿਹਦੇ ਕਰਕੇ ਤੁਹਾਨੂੰ ਇੱਡਾ ਵੱਡਾ ਮਾਣ ਮਿਲਿਆ ਜਿਹਨੂੰ ਤੁਸੀਂ ਐਕਚੁਅਲੀ ਇੱਕ 올 ਇੰਡੀਆ ਪੁਲਿਸ ਡਿਊਟੀ ਮੀਟ ਕੰਪੀਟੀਸ਼ਨਸ ਹੁੰਦੀਆਂ ਜਿਦੇ ਵਿੱਚ ਬੇਸਿਕਲੀ ਸਾਰੇ ਜਿੰਨੇ ਵੀ ਪੁਲਿਸ ਹੁੰਦੀਆਂ ਸਾਰੀ ਸਟੇਟ ਦੀ ਪੁਲਿਸ ਫੋਰਸਿਸ ਹੁੰਦੀਆਂ ਪਲੱਸ ਆਈਟੀਬੀਪੀ ਹੋ ਗਿਆ ਸੀਆਰਪੀਐਫ ਹੋ ਗਿਆ ਰੇਲਵੇ ਪੁਲਿਸ ਹੋ ਗਿਆ ਇਹਨਾਂ ਸਾਰਿਆਂ ਦੀ ਪੁਲਿਸ ਫੋਰਸਿਸ ਇਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਕਿਉਂ ਕੰਪੀਟੀਸ਼ਨ ਹੁੰਦਾ ਇਨਵੈਸਟੀਗੇਸ਼ਨ ਨੂੰ ਲੈ ਕੇ ਜਿਹੜੀ ਵੀ ਇਨਵੈਸਟੀਗੇਸ਼ਨ ਟੈਕਨੀਕਸ ਅਸੀਂ ਕਰਦੇ ਆ ਉਹ ਫੋਰੈਂਸਿਕ ਸਾਇੰਸ ਹੋ ਗਿਆ ਬੇਸ਼ੱਕ ਉਹ ਹੈਂਡਲਿੰਗ ਐਂਡ ਪੈਕਿੰਗ ਆਫ ਐਵਿਡੈਂਸਿਸ ਹੋ ਗਿਆ ਜਾਂ ਫੋਰੈਂਸਿਕ ਮੈਡੀਸਿਨਸ ਹੋ ਗਿਆ ਜਾਂ ਲਾ ਹੋ ਗਿਆ ਜਿੰਨਾ ਵੀ ਹੈਗਾ ਇਹ ਸਾਰਿਆਂ ਦੇ ਰਿਗਾਰਡਿੰਗ ਐਗਜ਼ਾਮਸ ਹੁੰਦੇ ਨੇ ਉਹਦੇ ਵਿੱਚ ਕੰਪੀਟੀਸ਼ਨ ਹੁੰਦੇ ਨੇ ਤੇ ਉਹਦੇ ਵਿੱਚ ਮਤਲਬ ਤੁਹਾਡੇ ਜਿਹੜੇ ਮਤਲਬ ਵਧੀਆ ਰਹਿੰਦੇ ਨੇ ਉਹਦੇ ਵਿੱਚ ਉਹਨਾਂ ਨੂੰ ਮੈਡਲਸ ਮਿਲਦੇ ਨੇ ਤੇ ਉਸੇ ਲੜੀ ਦੇ ਵਿੱਚ ਮੈਂ ਵੀ ਕੰਪੀਟੀਸ਼ਨ ਆਪਣੇ ਪੰਜਾਬ ਪੁਲਿਸ ਨੂੰ ਰਿਪਰੈਜ਼ੈਂਟ ਆਪਣੇ ਪੰਜਾਬ ਸਟੇਟ ਨੂੰ ਰਿਪਰੈਜ਼ੈਂਟ ਕਰਨ ਗਈ ਸੀ ਕਿਉਂਕਿ 66ਵਾਂ ਜਿਹੜਾ 올 ਇੰਡੀਆ ਪੁਲਿਸ ਟਿਊਟੀ ਮੀਟ ਹੋਇਆ ਸੀਗਾ ਉਬਪਾਲ ਹੋਇਆ ਹੈ ਹੁਨੇ 13 ਤੋਂ ਲੈ ਕੇ 17 ਫਰਵਰੀ ਤੱਕ ਤੇ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀਗਾ ਰਿਪਰੈਜ਼ੈਂਟ ਕੀਤਾ ਆਪਣੇ ਪੰਜਾਬ ਪੁਲਿਸ ਨੂੰ ਤੇ ਉਹਦੇ ਵਿੱਚ ਮੇਰੇ ਦੋ ਇਵੈਂਟਸ ਦੇ ਵਿੱਚ ਮੈਨੂੰ ਇੱਕ ਸਿਲਵਰ ਮੈਡਲ ਮੈਡੀਕਲ ਲੀਗਲ ਦੇ ਵਿੱਚ ਤੇ ਇੱਕ ਬ੍ਰੌਂਜ਼ ਮੈਡਲ ਮਿਲੇ ਆ ਤੇ ਮੈਂ ਪੰਜਾਬ ਦੇ ਵਿੱਚੋਂ ਦੀ ਫਿਲਹਾਲ ਤੇ ਇਕੱਲੀ ਹੀ ਆ ਜਨਨ ਨੂੰ ਮੈਡਲ ਜਿੱਤਿਆ ਮੈਮ ਤੁਸੀਂ ਪੰਜਾਬ ਤੋਂ ਇਕੱਲੇ ਗਏ ਤੁਹਾਨੂੰ ਇਸ ਜਿਹੜੀ ਉਪਲਬਧੀ ਲਈ ਜਾਂ ਇਸ ਕੰਪੀਟੀਸ਼ਨ ਲਈ ਤੁਹਾਨੂੰ ਪੰਜਾਬ ਪੁਲਿਸ ਵੱਲੋਂ ਬਕਾਇਦਾ ਤੌਰ ਤੇ ਟ੍ਰੇਨਿੰਗ ਦੇ ਕੇ ਭੇਜਿਆ ਗਿਆ ਜਾਂ ਤੁਸੀਂ ਆਪਣੇ ਤੌਰ ਤੇ ਐਕਚੁਅਲ ਦੇ ਵਿੱਚ ਸਾਡੀ ਟੀਮ ਸੀ ਉਹਦੇ ਵਿੱਚ ਕਾਫੀ ਜ਼ਨ ਨੇ ਸੀਗੇ ਨੋ ਡਾਊਟ ਮੈਂ ਇਕੱਲੀ ਨਹੀਂ ਸੀਗੀ ਤੇ ਐਕਚੁਅਲੀ ਕੀ ਹੁੰਦਾ ਕਿ ਜਿਹੜੀ ਬਾਕੀ ਸਟੇਟਸ ਹੈ ਉਹ ਤੇ ਕਾਫੀ ਕਾਫੀ ਇਹਦੇ ਵਿੱਚ ਮਤਲਬ ਤਿਆਰੀ ਕਰਦੀ ਹੈ ਸਾਡਾ ਕੀ ਹੁੰਦਾ ਸ케ਡਿਊਲ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਹੈ ਮੈਂ ਬਤੌਰ ਐਸ ਐਚਓ ਇੱਥੇ ਕੰਮ ਕਰ ਰਹੀ ਹਾਂ ਮੈਨੂੰ ਰਿਲੀਵ ਹੀ 2 ਦਿਨ ਪਹਿਲਾਂ ਕੀਤਾ ਗਿਆ ਸੀ ਉਹ ਵੀ ਮੇਰੇ ਐਸ ਐਸਪੀ ਸਾਹਿਬ ਨੇ ਇਸ ਚੀਜ਼ ਦੇ ਉੱਤੇ ਮੇਰੇ ਤੇ ਇੱਕ ਭਰੋਸਾ ਕਰਕੇ ਕਿ ਹਾਂਜੀ ਮੈਂ ਮਤਲਬ ਇਸ ਵਿੱਚ ਵਧੀਆ ਕਰ ਸਕਦੀ ਹਾਂ ਉਹਨਾਂ ਨੇ ਮੈਨੂੰ ਇਹ ਚ ਰਿਲੀਵ ਕਰਵਾ ਕੇ ਇੱਕ ਇੰਨੀ ਪ੍ਰੋਮਿਨੈਂਟ ਪੋਸਟ ਤੇ ਰਿਲੀਵ ਕਰਵਾ ਕੇ ਮੈਨੂੰ ਭੇਜਿਆ ਸਪੈਸ਼ਲੀ ਇਹਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਤੇ ਜ਼ਿਆਦਾ ਸਮਾਂ ਨਹੀਂ ਮਿਲ ਪਾਇਆ ਜੇ ਸਮਾਂ ਮਿਲ ਪਾਇਆ ਹੁੰਦਾ ਤੇ ਸ਼ਾਇਦ ਇਸ ਤੋਂ ਵੀ ਜ਼ਿਆਦਾ ਵਧੀਆ ਰਿਜ਼ਲਟਸ ਆਪਾਂਦੇ ਤੇ ਵੈਸੇ ਤੇ ਜਿਹੜੇ ਬਾਕੀ ਸਟੇਟਸ ਐ ਉਹਨਾਂ ਦੇ ਵਿੱਚ ਸਾਲ-ਸਾਲ ਤੱਕ ਇਹਦੀ ਪ੍ਰੈਕਟਿਸਿਜ਼ ਚਲਦੀਆਂ ਰਹਿੰਦੀਆਂ ਆਪਣੇ ਬੈਸਟ ਆਫ ਦੀ ਬੈਸਟ ਇਹਦੇ ਵਿੱਚ ਭੇਜਦੇ ਨੇ ਉਹ ਵਧੀਆ ਮਟੀਰੀਅਲਸ ਸਾਰਾ ਹੁੰਦਾ ਬਟ ਕੁਝ ਸਾਡੇ ਇਹਦੇ ਵਿੱਚ ਇਹ ਹੋ ਜਾਂਦਾ ਕਿ ਡਿਊਟੀਆਂ ਜ਼ਿਆਦਾ ਪੈਨ ਕਰਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਕਰਕੇ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਇਸ ਚੀਜ਼ ਨੂੰ ਕਰਨਾ ਹੁੰਦਾ ਸੋ ਟਾਈਮ ਮੈਨਾਂ ਨਹੀਂ ਮਿਲ ਪਾਇਆ ਬਟ ਫਿਰ ਵੀ ਜਿੰਨਾ ਮੈਨੂੰ ਮਿਲਿਆ ਜਿੰਨਾ ਵੀ ਮੈਨੂੰ ਸਮਾਂ ਇਹਦੇ ਵਿੱਚ ਲਗਾਉਣ ਨੂੰ ਮਿਲਿਆ ਮੈਂ ਉਹਨੂੰ ਪੂਰਾ ਯੂਟਿਲਾਈਜ਼ ਕਰਕੇ ਤੇ ਮੈਂ ਇਹ ਰਿਜ਼ਲਟਸ ਲਿਖੀਆਂ ਸੀ ਮੈਮ ਤੁਸੀਂ ਇਸ ਡਿਪਾਰਟਮੈਂਟ ਦੇ ਵਿੱਚ ਕਦੋਂ ਆਏ 2015 ਦੇ ਵਿੱਚ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਹੈ 4 ਫਰਵਰੀ 2015 ਚ ਤੇ ਅ ਬਤੌਰ ਸਬ ਇੰਸਪੈਕਟਰ ਮੈਂ ਇਸ ਡਿਪਾਰਟਮੈਂਟ ਦੇ ਵਿੱਚ ਆਈ ਸੀ ਤੇ ਉਹ ਰੀਸੈਂਟਲੀ ਮਤਲਬ ਪਿਛਲੇ ਸਾਲ ਮੈਂ ਪ੍ਰਮੋਟ ਹੋਈ ਹਾਂ ਐਸ ਇੰਸਪੈਕਟਰ ਤੇ ਹੁਣ ਇਸ ਟਾਈਮ ਤੇ ਮੈਂ ਬਤੌਰ ਐਸਐਚਐਮਪੀ ਐਨਰਜੀ ਮੈਮ ਤੁਸੀਂ ਆਪਣੇ ਲਾਈਫ ਦੇ ਵਿੱਚ ਬਤੌਰ ਸਬ ਇਨਸਪੈਕਟਰ ਭਰਤੀ ਹੋਏ ਤੇ ਹੁਣ ਇਨਸਪੈਕਟਰ ਆ ਤੁਹਾਡੇ ਲਾਈਫ ਦੇ ਵਿੱਚ ਜਿਵੇਂ ਤੁਸੀਂ ਆ ਅਚੀਵ ਕੀਤਾ ਟਾਰਗੇਟ ਜਿਹੜੀ ਕੀਤਾ ਔਰ ਇਹਦੇ ਵਿੱਚ ਤੁਸੀਂ ਕਿ ਕਿਹਨੂੰ ਮੰਨਦੇ ਹੋ ਫੋਕਸ ਕੀ ਕਿਸ ਚੀਜ਼ ਨੂੰ ਕੀਤਾ ਵੀ ਜਿਹਤੋਂ ਪ੍ਰੇਰਿਤ ਹੋ ਕੇ ਤੁਸੀਂ ਇਸ ਕੰਮ ਦੇ ਵਿੱਚ ਇਹ ਚੀਜ਼ ਨੂੰ ਜੁੜੇ ਹੋ ਅ ਐਕਚੁਅਲੀ ਜਿਹੜੀ ਮੇਰਾ ਮੇਨ ਫੋਕਸ ਰਿਹਾ ਹਮੇਸ਼ਾ ਅ ਮੈਂ ਇਸੇ ਚੀਜ਼ ਨੂੰ ਸਿੱਗੀ ਕਿ ਮਤਲਬ ਇੱਕ ਫੋਰਸਿਸ ਇੱਕ ਵਧੀਆ ਬੈਲ ਫੋਰਸ ਜਿਹੜੀ ਪੁਲਿਸ ਫੋਰਸ ਹੈ ਇੱਕ ਵਧੀਆ ਇਹ ਨਾ ਤੁਸੀਂ ਇਮੀਡੀਟਲੀ ਕਿਸੇ ਨੂੰ ਇਨਸਾਫ ਦੇ ਸਕਦੇ ਆ ਤੇ ਚ ਆ ਆਪਾਂ ਕਹਿੰਦੇ ਆ ਕਿ ਮੈਂ ਸੁਨਿਆ ਵੀ ਹੈ ਜਾਂ ਦੇਖਿਆ ਵੀ ਹੈ ਚੀਜ਼ ਜਦੋਂ ਵੀ ਤੁਹਾਡੇ ਕੋਲ ਕੋਈ ਗ੍ਰਿਵੈਂਸ ਆਂਦੀ ਹੈ ਜਾਂ ਕੋਈ ਵੀ ਬੰਦਾ ਤੁਹਾਡੇ ਕੋਲ ਦੁਖੀ ਆਂਦਾ ਹੈ ਤੇ ਤੁਸੀਂ ਉਹਨੂੰ ਸਭ ਤੋਂ ਪਹਿਲਾਂ ਜਿਹੜਾ ਰੀਲੀਫ ਦੇਣਾ ਕੋਰਟ ਕਚੈਰੀਆਂ ਤੋਂ ਪਹਿਲਾਂ ਵੀ ਜਾਂ ਕਿਸੇ ਹੋਰ ਚੀਜ਼ ਤੋਂ ਵੀ ਪਹਿਲਾਂ ਉਹ ਇੱਕ ਪੁਲਿਸ ਦੇ ਸਕਦੇ ਆਂ ਸੋ ਮੈਨੂੰ ਇੱਕ ਵਧੀਆ ਪਲੈਟਫਾਰਮ ਮਿਲਿਆ ਇਹ ਚੀਜ਼ ਦਾ ਮੈਨੂੰ ਆਪਣੇ ਆਪ ਨੂੰ ਲੱਗਾ ਕਿ ਹਾਂ ਇਹ ਚੀਜ਼ ਹੈ ਜਿਹਦੇ ਥਰੂ ਮੈਂ ਲੋਕਾਂ ਦੀ ਮਦਦ ਕਰ ਸਕਦੀ ਹਾਂ ਸੋ ਇਹੀ ਮੇਰਾ ਪਹਿਲਾ ਟਿੱਚਾ ਸੀਗਾ ਤੇ ਉਸ ਤੋਂ ਉਹੀ ਉਹੀ ਚਿੱਤੇ ਨੂੰ ਲੈ ਕੇ ਮੈਂ ਹੁਣ ਤੱਕ ਕਰ ਕੰਮ 8 ਸਾਲ ਹੋ ਗਏ ਮੇਨੂੰ ਡਿਪਾਰਟਮੈਂਟ 'ਚ ਮੈਂ ਕਰਦੀ ਆ ਰਹੀ ਹਾਂ ਜੀ ਮੈਮ ਹੋਰ ਕੋਈ ਗੱਲ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਂ ਸਰੋਤਿਆਂ ਨੂੰ ਲਾਅ ਦੇ ਰਿਗਾਰਡਿੰਗ ਪੁਲਿਸ ਦੇ ਰਿਗਾਰਡਿੰਗ ਜਾਂ ਆਉਣ ਵਾਲੇ ਸਮੇਂ 'ਚ ਜਿ ਬਹੁਤ ਦਿੱਤਾ ਇਸ ਚੀਜ਼ ਦਾ ਮੈਨੂੰ ਐਪਰੀਸ਼ੀਏਟ ਕੀਤਾ ਆ ਤੱਕੀ ਐਸਾ ਕੁਛ ਨਹੀਂ ਹਲੇ ਦਿੱਤੀ ਗਈ ਜਾਂ ਕੁਛ ਵੀ ਇਤਾਂ ਦਾ ਅ ਮਤਲਬ ਹਲੇ ਤਾਂ ਨਹੀਂ ਐਕਚੁਅਲੀ ਮੇਰੇ ਸਾਹਮਣੇ ਵਾਲੇ ਥੋੜਾ ਜਿਹਾ ਅਵੇਅਰਨੈਸ ਦੀ ਵੀ ਇਹਦੇ ਵਿੱਚ ਹੀ ਜ਼ਰੂਰਤ ਹੈ ਹਾਲਾਂਕਿ ਥੋੜਾ ਜਿਹਾ ਅਵੇਅਰਨੈਸ ਹੋਰ ਹੋ ਜਾਵੇ ਜਾਂ ਮਤਲਬ ਬੇਹੋਜਵੇ ਤੇ ਕਾਫੀ ਜ਼ਿਆਦਾ ਹੋ ਸਕਦਾ ਲੇਕਿਨ ਹਾਲੇ ਫਿਲਹਾਲ ਤਾਂ ਨਹੀਂ ਕੁਛ ਨਹੀਂ ਚਲੋ ਮੈਮ ਪ੍ਰਭਜੋਤ ਜੀ ਸਾਡੀ ਇਸ ਕਾਮਨਾ ਹੈ ਕਿਉਂਕਿ ਲੜਕੀਆਂ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਸਾਡੇ ਸਮਾਨ ਨੂੰ ਲੜਕੀਆਂ ਬਹੁਤ ਵਧੀਆ ਸੇਵ ਦਿੰਨੀਆਂ ਤੁਸੀਂ ਇਸ ਵੇਲੇ ਇਥੇ ਐਸਚਓ ਬਤੌਰ ਇਨਸਪੈਕਟਰ ਹੋ ਤੇ ਨਾਲ ਦੀ ਤੁਸੀਂ ਬਹੁਤ ਵਧੀਆ ਤਰੱਕੀ ਵੀ ਕੀਤੀ ਆ ਤਰੱਕੀ ਦੀ ਗੱਲ ਜਿਹੜੀ ਆ ਜੇ ਡਿਪਾਰਟਮੈਂਟ ਵੱਲੋਂ ਤੁਹਾਨੂੰ ਕਿਤੇ ਪ੍ਰਮੋਟ ਕੀਤਾ ਜਾਂਦਾ ਉਹਦੇ ਨਾਲ ਡਿਪਾਰਟਮੈਂਟ ਦਾ ਵੀ ਮਾਨਤਾ ਆ ਕਿਉਂਕਿ ਦੂਸਰੇ ਡਿਪਾਰਟਮੈਂਟ ਸਪੋਰਟਸ ਦੇ ਵਿੱਚ ਜਾਂਦੇ ਜਦੋਂ ਕਿਤੇ ਸਪੋਰਟਸ ਦੀ ਪਰਤੀ ਕਹਿੰਦੇ ਆ ਜਦੋਂ ਡੀਜੀਪੀ ਮੈਲ ਸਿੰਘ ਪੁੱਲਰ ਹੋ ਰਹੀ ਆਪਣੀ ਸਰਵਿਸ ਦੇ ਵਿੱਚ ਸੀਗੇ ਤੇ ਉਦੋਂ ਉਹਨਾਂ ਨੇ ਦਲੀਪ ਸਿੰਘ ਰਾਣਾ ਦਾ ਗ੍ਰੇਟ ਖਲੀ ਨੂੰ ਕਿੱਥੋਂ ਲਿਆ ਕੇ ਕਿਥੇ ਤੱਕ ਇੱਕ ਦਲੀਪ ਸਿੰਘ ਤੋਂ ਦਰੀਬ ਖਲੀ ਜਿਹੜਾ ਬਣਦਾ ਸੋ ਇਹੋ ਜਿਹੇ ਅਧਿਕਾਰੀਆਂ ਦੇ ਵਿੱਚ ਜਿਹੜਾ ਤੁਹਾਡੇ ਅਰਗੇ ਜਿਹੜੀ ਬਹੁਤ ਵਧੀਆ ਚਾਹੇ ਮੇਲ ਆ ਚਾਹੇ ਫੀਮੇਲ ਲੜਕੀਆਂ ਉਹਨਾਂ ਨੇ ਬ ਜਾਉਂਦੇ ਦੀ ਹੈਲਪ ਹੈਲਪ ਕਰਦੇ ਪ੍ਰਮੋਟ ਕਰਨਾ ਇੱਕ ਥਰੂ ਆਪਰ ਚੈਨਲ ਡਿਪਾਰਟਮੈਂਟ ਦੀ ਹੁੰਦੀ ਹੈ ਪਰ ਜਿਹੜਾ ਤੁਸੀਂ ਇਹਦੇ ਵਿੱਚ ਡਿਜ਼ਰਵ ਕਰਦੇ ਹੋ ਉਹ ਡਿਪਾਰਟਮੈਂਟ ਦੇਖਦਾ ਹੈ ਤਾਂ ਉਹਦੇ ਨਾਲ ਹੋਰ ਕਿਸੇ ਵੀ ਤਰ੍ਹਾਂ ਦਾ ਚਾਹੇ ਅਧਿਕਾਰੀ ਆ ਚਾਹੇ ਕੋਈ ਵੀ ਆ ਉਹਨੂੰ ਸ਼ੌਕ ਨਾਲ ਕੰਮ ਕਰਦਾ ਹੈ ਪਏ ਸੀ ਇਹਦੇ ਵਿੱਚ ਸਾਡੀ ਪ੍ਰੋਮੋਸ਼ਨ ਹੋਣੀ ਹੈ ਜਾਂ ਸਾਨੂੰ ਕੱਲੇ ਇਨਕਰੀਮੈਂਟ ਜਾਂ ਤਨਖਾਹ ਦੇ ਨਾਲ ਨਹੀਂ ਹੁੰਦਾ ਜਿੱਥੇ ਤੁਹਾਡੀ ਮੱਦ ਜਿਹੜਾ ਤੁਸੀਂ ਡਿਜ਼ਰਵ ਕਰਦੇ ਹੋ ਉਹ ਵੀ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਬਾਕੀ ਸਦਰਨ ਸਟੇਟਸ ਹਨ ਉਹ ਇਹਦੇ ਵਿੱਚ ਬਹੁਤ ਜ਼ਿਆਦਾ ਵੈਲ ਕਰ ਰਹੀਆਂ ਬਿਕੋਜ਼ ਓਵਰঅল ਟਰੋਫੀਜ਼ ਵੀ ਉਹ ਲੈ ਰਹੀਆਂ ਬਹੁਤ-ਬਹੁਤ ਸਾਰ ਉਹਨਾਂ ਵਿੱਚ ਜਦੋਂ ਵੀ ਕੋਈ ਮੈਡਲ ਲੈਂਦਾ ਉਹਨੂੰ ਫੌਰੀ ਤੌਰ ਤੇ ਉਹਨਾਂ ਨੂੰ ਨਾਲ ਦੀ ਨਾਲ ਪ੍ਰੋਮੋਸ਼ਨ ਦਿੱਤੀ ਜਾਂਦੀ ਹੈ ਤੇ ਵਿੱਚ ਉਹਦੇ ਵਿੱਚ ਜਿਹੜਾ ਫਰਸਟ ਪ੍ਰਾਈਜ਼ ਲੈਂਦਾ ਉਹਨੂੰ 5 ਲੱਖ ਰੁਪਇਆ ਜਿਹੜਾ ਸੈਕੰਡ ਲੈਂਦਾ ਉਹਨੂੰ 3 ਲੱਖ ਰੁਪਇਆ ਜਿਹੜਾ ਥਰਡ ਲੈਂਦਾ ਉਹਨੂੰ 2 ਲੱਖ ਰੁਪਇਆ ਮਿਲੇ ਜਾਂਦਾ ਹੈ ਐਂਡ ਉਹਦੇ ਨਾਲ ਹੀ ਜਿਹੜਾ ਮਤਲਬ ਉਹਨਾਂ ਨੂੰ ਇਨਕਰੀਮੈਂਟਸ ਮਿਲਦੇ ਹਤੇ ਵਿੱਚ ਲੱਗ ਤੋਂ ਮਤਲਬ ਉਹਨਾਂ ਦੇ ਸੀਐਮ ਦੇ ਬਾਕੀ ਉਹਨਾਂ ਦੇ ਡੀਜੀਪੀ ਸਾਹਿਬ ਉਹਦੇ ਇਹਦੇ ਵਿੱਚ ਬਹੁਤ ਸਾਰਾ ਇਮੈਂਸ ਸਕੋਪ ਰੱਖਦੀ ਨਹੀਂ ਸਾਡੀ ਨਦਰਨ ਸਟੇਟਸ ਦੇ ਵਿੱਚ ਇਹੋ ਜਿਹਾ ਹਲੇ ਤੱਕ ਤਾਂ ਕੁਝ ਹੋ ਨਹੀਂ ਰਿਹਾ ਐਂਡ ਐਸ ਸੱਚ ਜਿਸ ਤਰ੍ਹਾਂ ਕਿ ਮਤਲਬ ਹਲੇ ਤੱਕ ਤਾਂ ਨਹੀਂ ਹੈ ਬਟ ਫਿਰ ਵੀ ਮੇਰੀ ਡੀਜੀਪੀ ਸਾਹਿਬ ਨੇ ਮੇਰੇ ਏ ਡੀਜੀਪੀ ਮੈਡਮ ਜਿਹੜੇ ਸਾਡੇ ਡਾਇਰੈਕਟਰ ਅਨੀਤਾ ਪੁੰਜ ਮੈਮ ਜੀ ਨੇ ਤੇ ਸਾਡੇ ਐਸਐਸਪੀ ਸਰ ਚਾਰਲਸ ਸਾਹਿਬ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਇਹਦੇ ਵਿੱਚ ਉਹ ਉਹਨਾਂ ਨੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਹੈ ਮਤਲਬ ਮੈਨੂੰ ਮੈਮ ਨੇ ਸਪੈਸ਼ਲੀ ਉੱਥੇ ਹੀ ਕੰਗ੍ਰੈਚੂਲੇਟ ਕੀਤਾ ਨਾਲ ਦੀ ਨਾਲ ਹੀ ਫੋਨ ਕਰਕੇ ਡੀਜੀਪੀ ਸਾਹਿਬ ਨੇ ਬੈਸਟ ਵਿਸ਼ੇਸ ਭੇਜੀਆਂ ਸੋ ਮੈਂ ਇੱਕ ਚੀਜ਼ ਚਾਹਾਂਗੀ ਕਿ ਐਟਲੀਸਟ ਕਿਉਂਕਿ ਜੇ ਇਹ ਹੋਰ ਵੀ ਇਹ ਚੀਜ਼ਾਂ ਮਤਲਬ ਦਿੱਤੀਆਂ ਜਾਣੇ ਦੇ ਵਿੱਚ ਤੇ ਅੱਗੇ ਬਹੁਤ ਸਾਰਾ ਪੋਟੈਂਸ਼ੀਅਲ ਹੈ ਸਾਡੇ ਪੁਲਿਸ ਦੇ ਵਿੱਚ ਵੀ ਤੇ ਉਹ ਇੰਨਾ ਕੁ ਜ਼ਿਆਦਾ ਵਧੀਆ ਕਰ ਸਕਣਗੇ ਕਿਉਂਕਿ ਇਹ ਐਪਰੀਸੀਏਸ਼ਨ ਹੋ ਜਾਂਦੀ ਹੈ ਇੱਕ ਐਂਡ ਅੱਗੇ ਮੈਂ ਸੋਚਦੀ ਹਾਂ ਕਿ ਇੱਕ ਮਤਲਬ ਕਿ ਲਈ ਮੈਂ ਹੀ ਨਹੀਂ ਬਹੁਤ ਸਾਰੇ ਹੋਰ ਮੈਡਲਸ ਇਹਦੇ ਵਿੱਚ ਮਤਲਬ ਆਨ ਦੀ ਸੰਭਾਵਨਾ ਹੈ ਐਂਡ ਐਂਡ ਸਾਡੀ ਪੰਜਾਬ ਟੀਮ ਹੈ ਜਿਹੜੀ ਐਂਡ ਪੰਜਾਬ ਸਾਡੀ ਸਟੇਟ ਦਾ ਪੰਜਾਬ ਪੁਲਿਸ ਦਾ ਨਾਮ ਅਸੀਂ ਬਹੁਤ ਹੋਰ ਤਰ੍ਹਾਂ ਜ਼ਿਆਦਾ ਰੋਸ਼ਨ ਕਰ ਸਕਦੇ ਆ ਸੋ ਇਹੀ ਇਹ ਮੈਮ ਅਸੀਂ ਗੱਲ ਕਰੀਏ ਜਿਵੇਂ ਹੁਣ ਗੁਫ਼ਤਗੁਨ ਅਸੀਂ ਸ਼ੁਰੂ ਕੀਤਾ ਉਹਦੇ ਵਿੱਚ ਜਿਵੇਂ ਹੁਣ ਤੁਸੀਂ ਐਪਰੀਸ਼ੀਏਸ਼ਨ ਐਪਰੀਸ਼ੀਸ਼ਣ ਇਟਸ ਮੋਸਟ ਅਰਜੈਂਟ ਬਟ ਇਹਦੇ ਨਾਲ ਜਿਵੇਂ ਤੁਸੀਂ ਕੰਮ ਕਰਦੇ ਹੋ ਤੁਸੀਂ ਬਹੁਤ ਵਧੀਆ ਪੰਜਾਬ ਦਾ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਇਸ ਵਿੱਚ ਇਕੱਲਿਆਂ ਨਹੀਂ ਕੀਤਾ ਤੇ ਤੁਸੀਂ ਉੱਥੇ ਮੈਡਲ ਲਏ ਆ ਤੁਹਾਨੂੰ ਇਹਦੇ ਬਾਰੇ ਡਿਪਾਰਟਮੈਂਟ ਵੱਲੋਂ ਕੋਈ ਲੈਟਰ ਜਿਵੇਂ ਆਪਾਂ ਉਹਨੂੰ ਕਹਿ ਸਕਦੇ ਆ ਤਰੱਕੀ ਜਾਂ ਕੋਈ ਲੈਟਰ ਤੇ ਲੈਟਰ ਦੀ ਨਾਲ ਤਰੱਕੀ ਦਾ ਵੀ ਕੋਈ ਇਦਾਂ ਦਾ ਪ੍ਰਬੰਧ ਹੈ ਇਹਦੇ ਵਿੱਚ ਅ ਐਕਚੁਅਲ ਦੇ ਵਿੱਚ ਮੈਂ ਪਾਰਟਿਸਿਪੇਟ ਕਰਲੇ ਨਹੀਂ ਕੀਤਾ ਮੈਂ ਕਰੇਕ ਕਰਾਂਗੀ ਮੇਰੇ ਨਾਲ ਹੋਰ ਵੀ ਕਾਫੀ ਜ਼ਿਆਦਾ ਸੀਗੇ ਬਟ ਮੈਡਲ ਸਿਰਫ ਮੇਰੇ ਲਈ ਨਹੀਂ ਸੈਕਿੰਡ ਥਿੰਗ ਇਜ਼ ਥੈਟ ਮੈਨੂੰ ਮੇਰੇ ਐਸਐਸਪੀ ਸਾਹਿਬ ਵੱਲੋਂ ਦੀ ਉਹਨਾਂ ਨੇ ਸਰਟੀਫਿਕੇਟ ਆਪਣੇ ਪਰਸਨਲ ਤੌਰ 'ਤੇ ਲੜਕੀਆਂ ਜਿਵੇਂ ਮੈਂ ਤੁਹਾਡੇ ਨਾਲ ਇਸ ਗੁੱਤ ਤੋਂ ਪਹਿਲਾਂ ਗੱਲ ਕੀਤੀ ਸੀਗੀ ਵੀ ਸਾਡੇ ਸਮਾਜ ਦੇ ਵਿੱਚ ਲੜਕੀਆਂ ਨੂੰ ਬਹੁਤ ਮਤਲਬ ਪਿੱਛੇ ਰੱਖਿਆ ਜਾਂਦਾ ਵੀ ਲੜਕੀਆਂ ਨਹੀਂ ਕੁਝ ਕਰ ਸਕਦੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਮੈਂ ਗੱਲ ਕੀਤੀ ਸੀ ਡੀਜੀਪੀ ਮੈਡਮ ਸ਼ਸ਼ੀ ਪ੍ਰਦਾ ਦਵੇਦੀ ਜਿਹੜੇ ਸਾਡੇ ਨਵੇਂ ਸ਼ਹਿਰ ਸਭ ਤੋਂ ਪਹਿਲਾਂ ਪੋਸਟਡ ਹੋਏ ਸੀ ਐਸਐਸਪੀ ਵਜੋਂ ਉਸ ਤੋਂ ਬਾਅਦ ਹੋਰ ਵੀ ਕਈ ਸਰ ਮੋਸਨ ਉਹਨਾਂ ਨੇ ਦੱਸਿਆ ਸੀ ਉਹਨਾਂ ਨੇ ਆਪ ਹੀ ਲਾਈਵ ਦੇ ਵਿੱਚ ਇਹ ਗੱਲ ਕੀਤੀ ਆ ਵੀ ਉਹਨਾਂ ਦੇ ਜਿਹੜੇ ਪੇਰੈਂਟ ਸੀਗੇ ਉਹ ਜੁਪੀ ਦੇ ਵਿੱਚ ਬੜਾ ਸੋ ਇਹੋ ਜੇ ਕਈ ਵਾਰ ਲਾਈਫ ਦੇ ਵਿੱਚ ਰੇਸ਼ ਹੁੰਦਾ ਮੋਟੋ ਹੁੰਦਾ ਪਈ ਸੀ ਉਹਦੇ ਹੋਂਗੋ ਹੀ ਬੰਨਾ ਕੋਈ ਇਹੋ ਜਿਹਾ ਤੁਹਾਡੇ ਲਾਈਫ ਦੇ ਵਿੱਚ ਹੈ ਜਾਂ ਮਤਲਬ ਕੋਈ ਇਦਾਂ ਕੁਝ ਦੱਸਣਾ ਚਾਹੋ ਲੜਕੀਆਂ ਨੂੰ ਪਹਿ ਲੜਕੀਆਂ ਪੁਲਿਸ ਜੁਆਇਨ ਕਰਨ ਜਾਂ ਕਿਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਾਵਧਾਨ ਹੈ ਕੋਈ ਜਿਵੇਂ ਬੀਐਸਐਫ ਐਚਆਈਟੀਬੀ ਵਿੱਚ ਜਾਂ ਸੀਆਰਪੀਐਫ ਜਾਂ ਤੁਹਾਡੇ ਪੰਜਾਬ ਪੁਲਿਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਐਕਚੁਅਲ ਦੇ ਵਿੱਚ ਮੇਰੇ ਵਾਸਤੇ ਇਹ ਚੀਜ਼ ਹੈ ਕਿ ਜਿਹੜੀ ਵੀ ਚੀਜ਼ ਇੱਕ ਲੜਕੀ ਨੂੰ ਪਸੰਦ ਹੈ ਜਿਹੜੀ ਵੀ ਚੀਜ਼ ਉਹ ਫੀਲ ਕਰਦੀ ਹੈ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦੀ ਆ ਬੇਸ਼ੱਕ ਉਹ ਪੁਲਿਸ ਫੋਰਸਿਸ ਹੀ ਨਹੀਂ ਬਤੌਰ ਡਾਕਟਰ ਬਤੌਰ ਇੰਜੀਨੀਅਰ ਬਤੌਰ ਇੱਕ ਮਾਡਲ ਬਤੌਰ ਹਰ ਇੱਕ profession ਇੱਕ ਵਧੀਆ profession ਨੇ ਜਿਹਦੇ ਵਿੱਚ ਆਪਾਂ ਬਤੌਰ ਇੱਕ ਪਲੇਅਰ ਲਗਾ ਲਓ ਤੇ ਹਰ ਇੱਕ profession ਬਹੁਤ ਵਧੀਆ ਹੈ ਲੋੜ ਹੁੰਦੀ ਜਜ਼ਬੇ ਦੀ ਐਂਡ ਕੁੜੀਆਂ ਚ ਪੰਜਾਬ ਦੀਆਂ ਕੁੜੀਆਂ ਹੀ ਨਹੀਂ ਪੂਰੇ ਹਿੰਦੁਸਤਾਨ ਦੀਆਂ ਕੁੜੀਆਂ ਚ ਇਹਨਾਂ ਚ ਇੱਕ ਜਜ਼ਬਾ ਹੈ ਕੁਝ ਕਰਨ ਦਾ ਮੈਂ ਉਹਨਾਂ ਨੂੰ ਸਿਰਫ ਇੰਨੀ ਹੀ ਗੱਲ ਕਹਿਣਾ ਚਾਹਾਂਗੀ ਕਿ ਤੁਸੀਂ ਜੋ ਵੀ ਚੀਜ਼ ਕਰ ਰਹੇ ਹੋ ਉਹਦੇ ਵਿੱਚ ਆਪਣਾ ਮਨ ਲਗਾ ਕੇ ਪ੍ਰੋਪਰਲੀ ਇਸ ਚੀਜ਼ ਨੂੰ ਇੱਕ ਜੁੱਟ ਹੋ ਕੇ ਚੀਜ਼ ਵਾਲੇ ਪਾਸੇ ਤੁਰਪੋ ਕਿ ਮੈਂ ਇਹ ਚੀਜ਼ ਕਰਨੀ ਹੈ ਐਂਡ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕੁੜੀ ਨੂੰ ਕੋਈ ਵੀ ਕੰਮ ਕਰਨ ਤੋਂ ਚੀਜ਼ ਰੋਕ ਸਕਦੀ ਹੈ ਸਰਕਮਸਟੈਂਸਸ ਹੋ ਸਕਦੇ ਨੇ ਕਿ ਕਈ ਵਾਰੀ ਸਾਡੇ ਪੁਰਾਣਾ ਜਿਹੜਾ ਇੱਕ ਪੈਟਰੀਆਰਕਲ ਸੋਸਾਇਟੀ ਹੈ ਉਹ ਚੀਜ਼ ਨੂੰ ਨਾ ਸਮਝ ਪਾਉਂਦੀ ਹੋਵੇ ਲੇਕਿਨ ਹਾਂ ਹੌਲੀ ਹੌਲੀ ਚੀਜ਼ਾਂ ਨੂੰ ਸਮਝਿਆ ਜਾ ਵੀ ਰਿਹਾ ਹੈ ਐਂਡ ਅੱਜਕੱਲ੍ਹ ਤੇ ਮੇਰੇ ਸਾਹਬ ਦੇ ਨਾਲ ਤੋਂ ਇਮੈਂਸ ਸਕੋਪ ਹੈ ਸੋ ਅ ਬਸ ਪ੍ਰਮਾਤਮਾ ਦਾ ਨਾਮ ਲੈ ਕੇ ਅੱਗੇ ਵਧੀ ਜਾਣ ਮੇਰੇ ਸਾਹ ਬਿਨਾਂ ਉਹ ਦੁਨੀਆ ਚ ਵੰਡਰਸ ਕਰ ਸਕਦੇ ਆ ਜੋ ਇੱਕ ਮਤਲਬ ਆਰਮੀ ਵੀ ਨਹੀਂ ਕਰ ਸਕਦੇ ਮੈਂ ਚ ਕੋਈ ਮਤਲਬ ਫੈਮਿਨਿਜ਼ਮ ਦੀ ਗੱਲ ਨਹੀਂ ਕਰਾਂਗੀ ਲੇਕਿਨ ਹਰ ਇੱਕ ਚੀਜ਼ ਦੇ ਵਿੱਚ ਭਾਵੇਂ ਕੋਈ ਵੀ ਹੈ ਇੱਕ ਜਜ਼ਬੇ ਨਾਲ ਕਰਨ ਤੇ ਹਰ ਇੱਕ ਚੀਜ਼ ਬਹੁਤ ਵਧੀਆ ਹੋ ਸਕਦੀ ਹੈ ਜੀ ਬਹੁਤ ਬਹੁਤ ਧੰਨਵਾਦ ਮੈਡਮ ਅ ਪ੍ਰਭਜਿਤ ਕੋਰ ਇੰਸਪੈਕਟਰ ਐ ਦੋਸਤੋ ਇਹ ਸਨ ਇੰਸਪੈਕਟਰ ਪ੍ਰਭਜੋਤ ਕੋਰ ਜਿਨ੍ਹਾਂ ਦੇ ਨਾਲ ਅਸੀਂ ਇਸ ਕੰਟੈਂਡਰ ਨੂੰ ਲੈ ਕੇ ਗੱਲ ਕੀਤੀ ਸੀ ਉਹਨਾਂ ਨੂੰ ਪਿਛਲੇ ਦਿਨੀ ਮਧ ਪ੍ਰਦੇਸ਼ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਕਿਉਂ ਕੀਤਾ ਗਿਆ ਜਿਹੜਾ ਉਹਨਾਂ ਨੇ ਬਹੁਤ ਵਿਸਤਾਰ ਦੇ ਨਾਲ ਦੱਸਿਆ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਇੱਕ ਐਜੂਕੇਟਿਡ ਹੋਣ ਦੇ ਨਾਲ ਉਹਨਾਂ ਨੇ ਦੱਸਿਆ ਕਿ ਡਿਪਾਰਟਮੈਂਟ ਵੱਲੋਂ ਸਿਰਫ 2 ਦਿਨ ਪਹਿਲਾਂ ਉਹਨਾਂ ਨੂੰ ਲੀਕ ਕੀਤਾ ਗਿਆ ਜੇ ਕੁਝ ਦਿਨ ਪਹਿਲਾਂ ਕੀਤਾ ਜਾਂਦਾ ਤੇ ਹੋ ਸਕਦਾ ਉਹ 골ਡ ਮੈਡਲ ਵੀ ਲੈ ਕੇ ਆਉਂਦੇ ਔਰ ਵੈਸੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸੈਟੀਸਫੈਕਸ਼ਨ ਹੈਗੀ ਹੈ ਬਟ ਆਉਣ ਵਾਲੇ ਸਮੇਂ ਨਗੇ ਜਿਹੜਾ 골ਡ ਮੈਡਲ ਵੀ ਲੈਣਗੇ ਔਰ ਹੋਰ ਵੀ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚ ਕਿਸੇ ਤਰ੍ਹਾਂ ਦਾ ਕੰਪੀਟੀਸ਼ਨ ਉਹਦੇ ਲਈ ਵੀ ਪੂਰੀ ਤਰ੍ਹਾਂ ਪ੍ਰਪੇਅਰ